ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਨਵਨੀਤ ਤੇ ਫਤਿਹ ਐਡਕੋਮ ਤੇ ਤੁਹਾਡਾ ਸਵਾਗਤ ਕਰਦੀ ਆ ਜਦੋਂ ਅਸੀਂ ਸਟੂਡੈਂਟ ਲਾਈਫ ਦੇ ਵਿੱਚ ਹੁੰਦੇ ਆ ਤੇ ਅਸੀਂ ਕਦੇ ਨਾ ਕਦੇ ਇਮੇਜਿਨ ਜ਼ਰੂਰ ਕਰਦੇ ਆ ਕਿ ਯਾਰ ਜਦੋਂ ਮੈਨੂੰ ਜੌਬ ਮਿਲੇ ਨਾ ਉਦੋਂ ਇਦਾਂ ਦੀ ਮਿਲੇ ਕਿ ਮਤਲਬ ਆਸੇ-ਪਾਸੇ ਦੇ ਲੋਕ ਦੇਖਣ ਲੋਕ ਪ੍ਰਭਾਵਿਤ ਹੋਣ ਸਾਡੇ ਤੋਂ ਸੋ ਮੈਂ ਕਹਿੰਦੀ ਆ ਕਿ ਸਿਵਲ ਸਰਵਿਸਿਸ ਇੱਕ ਇਹੋ ਜਿਹਾ ਐਗਜ਼ਾਮ ਹੈ ਕਿ ਆਸੇ-ਪਾਸੇ ਦੇ ਲੋਕਾਂ ਨੇ ਤਾਂ ਤੁਹਾਡੇ ਤੋਂ ਇਨਫਲੂਐਂਸ ਹੋਣਾ ਹੀ ਹੋਣਾ ਹੈ ਤੁਹਾਡੀਆਂ ਸੱਤ ਪੁਸ਼ਤਾਂ ਜਿਹੜੀਆਂ ਅਗਲੀਆਂ ਨਾ ਉਹ ਵੀ ਸਵਰ ਜਾਂਦੀਆਂ ਨੇ ਸੋ ਸਿਵਲ ਸਰਵਿਸਿਸ ਦਾ ਐਗਜ਼ਾਮ ਜਿਹੜਾ ਕਾਫੀ ਬੱਚਿਆਂ ਨੂੰ ਉਹਦੇ ਬਾਰੇ ਆਲਰੇਡੀ ਨੌਲੇਜ ਹੈਗੀ ਹੈ ਵੀ ਇਹਦਾ ਕੀ ਪੈਟਰਨ ਹੈ ਕੀ ਸਿਲੇਬਸ ਹੈ ਖਾਸ ਕਰਕੇ ਮੇਰੇ ਚੈਨਲ ਤੇ ਕਾਫੀ ਸਟੂਡੈਂਟਸ ਇਦਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਆਲਰੇਡੀ ਇਹਦੇ ਬਾਰੇ ਨੌਲੇਜ ਹੈ ਬਟ ਇਹ ਵੀਡੀਓ ਜਿਹੜੀ ਹੈ ਮੈਂ ਉਹਨਾਂ ਸਟੂਡੈਂਟਸ ਲਈ ਬਣਾਈ ਹੈ ਜਿਹੜੇ ਹਜੇ ਪਲੱਸ ਟੂ ਕਰ ਰਹੇ ਨੇ ਜਾਂ ਗ੍ਰੈਜੂਏਸ਼ਨ ਕਰ ਰਹੇ ਨੇ ਔਰ ਉਹਨਾਂ ਨੂੰ ਆਪਣਾ ਏਮ ਕਲੀਅਰ ਨਹੀਂ ਹੈ ਵੀ ਉਹਨਾਂ ਨੇ ਇੱਥੇ ਰਹਿਣਾ ਹੈ ਕਿ ਬਾਹਰ ਜਾਣਾ ਆ ਔਰ ਜੇ ਇੱਥੇ ਰਹਿਣਾ ਆ ਤਾਂ ਉਹਨਾਂ ਨੇ ਕੀ ਕਰਨਾ ਹੈ ਕਿਹੜੀ ਜੌਬ ਦੀ ਤਿਆਰੀ ਕਰਨੀ ਹੈ ਜਾਂ ਆਪਣਾ ਕੰਮ ਕਰਨਾ ਹੈ ਸੋ ਮੈਂ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਸੁਜੈਸਟ ਕਰੂੰਗੀ ਕਿ ਇੱਕ ਵਾਰੀ ਸਿਵਲ ਸਰਵਿਸਿਸ ਦੇ ਬਾਰੇ ਜਿਹੜੀ ਨੌਲੇਜ ਆ ਉਹ ਜ਼ਰੂਰ ਗੇਨ ਕਰੋ ਕਿਉਂਕਿ ਇਹਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਪੋਸਟਾਂ ਨੇ SDM DSP ਤਹਿਸੀਲਦਾਰ DFSO ਵਰਗੀਆਂ ਇਹ ਬਹੁਤ ਹੀ ਮਤਲਬ ਹਾਈ ਪ੍ਰੋਫਾਈਲ ਜੌਬਸ ਨੇ ਇਸ ਐਗਜ਼ਾਮ ਨੂੰ ਕਲੀਅਰ ਕਰਨ ਤੋਂ ਬਾਅਦ ਤੁਸੀਂ ਇਸ ਜੌਬਸ ਤੇ ਬੈਠ ਸਕਦੇ ਹੋ ਤੇ ਸਟਾਰਟ ਕਰਦੀ ਹਾਂ ਮੈਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਜਿਹੜਾ ਆ ਪੈਟਰਨ ਮੇਨ ਪੈਟਰਨ ਜਿਹੜਾ ਮੇਜਰ ਪੈਟਰਨ ਇਸ ਐਗਜ਼ਾਮ ਦਾ ਉਸ ਦੱਸਾਂਗੀ ਉਸ ਤੋਂ ਬਾਅਦ ਆਪਾਂ ਜਿਹੜਾ ਇਸ ਸਿਲੇਬਸ ਵੱਲ ਮੂਵ ਔਨ ਕਰਾਂਗੇ ਮੈਂ ਇਸ ਵੀਡੀਓ ਦੇ ਵਿੱਚ ਪੰਜਾਬ ਸਿਵਲ ਸਰਵਿਸਿਸ ਦੀ ਗੱਲ ਕਰੂੰਗੀ ਕੋ ਜਿਹੜਾ ਪੰਜਾਬ ਸਿਵਲ ਸਰਵਿਸਿਸ ਦਾ ਐਗਜ਼ਾਮ ਆ ਇਹਦੇ ਵਿੱਚ ਤਿੰਨ ਪੜਾਅ ਹੁੰਦੇ ਨੇ ਠੀਕ ਹੈ ਤਿੰਨ ਪੜਾਅ ਹੁੰਦੇ ਨੇ ਤਿੰਨ ਥ੍ਰੀ ਸਟੇਜਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਸੋ ਪਹਿਲੀ ਜਿਹੜੀ ਸਟੇਜ ਹੁੰਦੀ ਆ ਇਹ ਪ੍ਰੀਲਿਮਨਰੀ ਐਗਜ਼ਾਮ ਦੀ ਹੁੰਦੀ ਆ ਅੱਜ ਦੀ ਡੇਟ ਦੇ ਵਿੱਚ ਇਹਦਾ ਜਿਹੜਾ ਐਗਜ਼ਾਮ ਆ ਉਹ ਪੇਪਰ 1 ਤੇ ਪੇਪਰ 2 ਦੋ ਪੇਪਰ ਹੁੰਦੇ ਨੇ ਠੀਕ ਹੈ ਪੇਪਰ 1 ਜਿਹੜਾ ਜਨਰਲ ਸਟੱਡੀਜ਼ ਦਾ ਹੁੰਦਾ ਹੈ ਜਿਹਨੂੰ ਆਪਾਂ GS ਕਹਿ ਦਿੰਦੇ ਆ ਠੀਕ ਹੈ GK ਜਿਹਨੂੰ ਆਪਾਂ ਕਹਿ ਦਿੰਦੇ ਆ ਔਰ ਪੇਪਰ 2 ਜਿਹੜਾ ਆ CSAT ਦਾ ਹੁੰਦਾ ਹੈ ਠੀਕ ਹੈ ਤੁਹਾਡਾ ਐਪਟੀਟਿਊਡ ਟੈਸਟ ਮੈਂਟਲ ਅਬਿਲਿਟੀ ਟੈਸਟ ਔਰ ਇਹ ਜਿਹੜੇ ਦੋਨਾਂ ਪੇਪਰ ਨੂੰ ਮਿਲਾ ਕੇ ਜਿਹੜਾ ਆ 400 ਨੰਬਰ ਦਾ ਪੇਪਰ ਹੁੰਦਾ ਆ ਹੁਣ ਤੱਕ ਜਿਹੜੇ ਐਗਜ਼ਾਮ ਹੋਏ ਆ ਉਹਦੇ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਸੀ ਬਟ 2024 ਤੋਂ ਅੱਗੇ ਜਿਹੜਾ ਆ ਐਕਸਪੈਕਟ ਕੀਤਾ ਜਾ ਰਿਹਾ ਆ ਕਿ ਨੈਗੇਟਿਵ ਮਾਰਕਿੰਗ ਹੋਊਗੀ ਤੇ CSAT ਦੇ ਮਾਰਕਸ ਜਿਹੜਾ ਕੁਆਲੀਫਾਈ ਹੋ ਸਕਦੇ ਸੋ ਫੋਰ ਦਾ ਟਾਈਮਿੰਗ ਅਸੀਂ ਇਹੀ ਮੰਨ ਕੇ ਚੱਲਦੇ ਹਾਂ ਕਿ 400 ਨੰਬਰ ਦਾ ਆ ਨੈਗੇਟਿਵ ਮਾਰਕਿੰਗ ਨਹੀਂ ਠੀਕ ਹੈ ਅੱਜ ਦੀ ਪ੍ਰੈਜੈਂਟ ਡੇਟ 'ਚ ਜੋ ਪੈਟਰਨ ਹੈ ਮੈਂ ਉਹ ਦੱਸ ਰਹੀ ਹਾਂ ਹੁਣ ਇਹ ਜਿਹੜਾ ਪ੍ਰੀਲਿਮਨਰੀ ਐਗਜ਼ਾਮ ਹੁੰਦਾ ਨਾ ਇਹਦੇ ਮਾਰਕਸ ਜਿਹੜੇ ਆ ਫਾਈਨਲ ਪੇਪਰ ਦੇ ਵਿੱਚ ਨਹੀਂ ਪੈਂਦੇ ਇਹ ਸਿਰਫ ਕੁਆਲੀਫਾਈ ਹੁੰਦਾ ਹੈ ਜਿੰਨੇ ਨੰਬਰ ਆਫ ਵੈਕੈਂਸੀਜ਼ ਹੁੰਦੀਆਂ ਨੇ ਮੰਨ ਲਓ 70 ਵੈਕੈਂਸੀਜ਼ ਨੇ ਆਈਆਂ ਠੀਕ ਹੈ ਤੇ ਇਹਦਾ 12 ਜਾਂ 13 ਗੁਣਾ ਜਿਹੜਾ ਬੱਚੇ ਹੈ ਉਹਨਾਂ ਨੂੰ ਕੁਆਲੀਫਾਈ ਕਰਕੇ ਮੇਨਸ ਦੇ ਵਿੱਚ ਬਿਠਾਇਆ ਜਾਂਦਾ ਹੈ ਇਹ ਵਾਲਾ ਜਿਹੜਾ ਪੇਪਰ ਹੁੰਦਾ ਆ ਇਹ ਮਲਟੀਪਲ ਚੁਆਇਸ ਕੁਐਸਚਨਸ ਇਹਦੇ ਵਿੱਚ ਆਉਂਦੇ ਨੇ ਠੀਕ ਹੈ ਜਿਨ੍ਹਾਂ ਦੀ ਅੱਗੋਂ 4 ਆਪਸ਼ਨਸ ਹੁੰਦੀਆਂ ਨੇ ABCD ਇਹਦੇ ਵਿੱਚੋਂ ਜਿਹੜਾ ਕਰੈਕਟ ਆਪਸ਼ਨ ਹੁੰਦੀ ਹੈ ਤੁਸੀਂ ਟਿਕ ਕਰਨੀ ਹੁੰਦੀ ਹੈ ਤੇ ਤੁਹਾਡੇ ਮਾਰਕਸ ਐਡ ਅਪ ਹੋ ਜਾਂਦੇ ਨੇ ਸੋ ਜਿੰਨੀਆਂ ਵੈਕੈਂਸੀਜ਼ ਹੋਣ ਉਹਦੇ 12 ਗੁਣਾ ਜਾਂ 13 ਗੁਣਾ ਬੱਚਿਆਂ ਨੂੰ ਇਹਦੇ 'ਚੋਂ ਕੁਆਲੀਫਾਈ ਕਰਕੇ ਮੇਨਸ ਬਿਠਾਇਆ ਜਾਂਦਾ ਹੈ ਅਗੇਨ ਮੈਂ ਤੁਹਾਨੂੰ ਸਮਝਾ ਦਿੰਦੀ ਹਾਂ ਵੀ ਇਹਦੇ ਪੇਪਰ ਇਸ ਪ੍ਰੀਲਿਮਨਰੀ ਐਗਜ਼ਾਮ ਦੇ ਨੰਬਰ ਫਾਈਨਲ ਦੇ ਵਿੱਚ ਮੈਰਿਟ ਦੇ ਵਿੱਚ ਨਹੀਂ ਪੈਂਦੇ ਸਿਰਫ ਕੁਆਲੀਫਾਈਂਗ ਹੈ ਹੁਣ ਜਿਹੜੇ ਬੱਚੇ ਇਧਰੋਂ ਕੁਆਲੀਫਾਈ ਕਰ ਗਏ ਉਹਨਾਂ ਨੇ ਇਹ ਮੇਨਸ ਪੇਪਰ ਦੇਣਾ ਆ ਜਿਹੜਾ ਕਿ ਟੋਟਲ 1500 ਨੰਬਰ ਦਾ ਆ ਜਿਹਦੇ ਵਿੱਚ 1350 ਦੀ ਥਿਊਰੀ ਹੈ ਔਰ 150 ਨੰਬਰ ਦੀ ਇੰਟਰਵਿਊ ਹੈ ਠੀਕ ਹੈ ਸੋ ਲਾਸਟ ਜਿਹੜੀ ਸਟੇਜ ਹੈ ਇੰਟਰਵਿਊ ਦੀ ਹੈ ਜਿਹਦਾ ਕਿ ਟੋਟਲ ਮਾਰਕਸ ਨੇ 150 ਸੋ ਟੋਟਲ ਜਿਹੜੇ ਮਾਰਕਸ ਨੇ 1500 ਦੇ ਵਿੱਚੋਂ ਤੁਹਾਡੇ ਲੱਗਣੇ ਠੀਕ ਹੈ ਸੋ ਥ੍ਰੀ ਸਟੇਜਸ ਦੇ ਵਿੱਚ ਐਗਜ਼ਾਮ ਹੁੰਦਾ ਹੈ ਪ੍ਰੀਲਿਮਨਰੀ ਮੇਨਸ ਇੰਟਰਵਿਊ ਪ੍ਰੀਲਿਮਨਰੀ ਦੇ ਅੱਗੋਂ GS GK ਪਾਰਟ ਔਰ CSAT ਪਾਰਟ ਯਾਨੀ ਕਿ ਐਪਟੀਟਿਊਡ ਟੈਸਟ ਹੁੰਦਾ ਹੈ ਉਸ ਤੋਂ ਬਾਅਦ ਜਿਹੜੇ ਸਟੂਡੈਂਟਸ ਇਹਦੇ ਵਿੱਚ ਕੁਆਲੀਫਾਈ ਕਰ ਜਾਂਦੇ ਨੇ ਮਤਲਬ ਵੈਕੈਂਸੀਜ਼ ਦੇ ਹਿਸਾਬ ਦੇ ਨਾਲ 12 ਗੁਣਾ ਜਾਂ 13 ਗੁਣਾ ਬੱਚਿਆਂ ਨੂੰ ਕੁਆਲੀਫਾਈ ਕਰਕੇ ਮੇਨਸ 'ਚ ਬਿਠਾਇਆ ਜਾਂਦਾ ਹੈ ਮੇਨਸ ਦੇ ਵਿੱਚ ਪੇਪਰ ਜਿਹੜਾ ਥਿਊਰੀ ਬੇਸਡ ਹੁੰਦਾ ਆ ਸਬਜੈਕਟਿਵ ਪੇਪਰ ਹੁੰਦਾ ਆ ਰਿਟਨ ਪੇਪਰ ਹੁੰਦਾ ਆ ਠੀਕ ਹੈ ਸਬਜੈਕਟਿਵ ਹੁੰਦਾ ਆ ਜਿਸ ਤਰ੍ਹਾਂ ਆਪਾਂ ਸਕੂਲਾਂ ਦੇ ਵਿੱਚ ਦਿੰਦੇ ਆ ਰਹੇ ਹਾਂ ਅੱਜ ਤੱਕ ਤੇ ਉਸ ਤੋਂ ਬਾਅਦ ਜਿਹੜੀ ਥਰਡ ਸਟੇਜ ਆ ਜਿਹੜੇ ਬੱਚੇ ਮੇਨਸ ਦੇ ਵਿੱਚ ਸਿਲੈਕਟ ਹੋ ਜਾਂਦੇ ਨੇ ਉਹਨਾਂ ਦੇ 3 ਜਾਂ 4 ਜਾਂ 5 ਗੁਣਾ ਸਟੂਡੈਂਟਸ ਨੂੰ ਇੰਟਰਵਿਊ ਦੇ ਵਿੱਚ ਕਾਲ ਕੀਤਾ ਜਾਂਦਾ ਆ ਔਰ ਇੰਟਰਵਿਊ ਦੇ ਮਾਰਕਸ ਜਿਹੜੇ ਨੇ 150 ਦੇ ਵਿੱਚੋਂ ਲਾਏ ਗਏ ਠੀਕ ਹੈ ਜੀ ਸੋ ਹੁਣ ਗੱਲ ਕਰਦੇ ਹਾਂ ਸਿਲੇਬਸ ਦੀ ਸੋ ਇਹ ਮੈਂ PDF ਜਿਹੜੀ ਆ ਆਪਣੇ ਟੈਲੀਗ੍ਰਾਮ ਚੈਨਲ ਤੇ ਵੀ ਪਾ ਦੂੰਗੀ ਤੁਸੀਂ ਡਿਟੇਲ ਦੇ ਵਿੱਚ ਉੱਥੋਂ ਵੀ ਦੇਖ ਸਕਦੇ ਹੋ ਸੋ ਇਹ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਸੀਗੀ ਕਿ ਪ੍ਰੀਲਿਮਨਰੀ ਐਗਜ਼ਾਮ ਜਿਹੜਾ ਆ ਉਹਦੇ ਵਿੱਚ ਦੋ ਪੇਪਰ ਹੁੰਦੇ ਨੇ ਪੇਪਰ 1 ਜਨਰਲ ਸਟੱਡੀਜ਼ ਦਾ ਹੁੰਦਾ ਆ ਤੇ ਪੇਪਰ 2 ਜਿਹੜਾ ਆ ਉਹ CSAT ਦਾ ਹੁੰਦਾ ਆ ਸਿਵਲ ਸਰਵਿਸਿਜ਼ ਐਪਟੀਟਿਊਡ ਟੈਸਟ
ਜਿਹੜਾ ਜਨਰਲ ਸਟੱਡੀਜ਼ ਦਾ ਹੁੰਦਾ ਇਹਦੇ ਵਿੱਚ 100 ਕੁਐਸਚਨ ਆਉਂਦੇ ਨੇ ਸੀ ਸੈਟ ਦੇ ਵਿੱਚ 80 ਕੁਐਸਚਨ ਆਉਂਦੇ ਨੇ ਇਹਦੇ 100 ਕੁਐਸਚਨ ਜਿਹੜੇ ਹੁੰਦੇ ਨੇ 2 ਨੰਬਰ ਦਾ ਇੱਕ ਕੁਐਸਚਨ ਹੁੰਦਾ 200 ਨੰਬਰ ਦਾ ਟੋਟਲ ਪੇਪਰ ਹੁੰਦਾ ਸੀ ਸੈਟ ਦੇ ਵਿੱਚ 80 ਕੁਐਸਚਨ ਆਉਂਦੇ ਨੇ 250 ਨੰਬਰ ਦਾ ਇੱਕ ਕੁਐਸਚਨ ਹੁੰਦਾ ਤੇ 200 ਨੰਬਰ ਦਾ ਇਹ ਵੀ ਪੇਪਰ ਹੁੰਦਾ ਸੋ ਟੋਟਲ ਪੇਪਰ ਜਿਹੜਾ ਆ 400 ਦੇ ਵਿੱਚੋਂ ਲੱਗਦੇ ਆ ਮਾਰਕਸ ਠੀਕ ਹੈ ਜੀ ਸੋ ਦੂਸਰੀ ਗੱਲ ਆਪਾਂ ਕਰਦੇ ਹਾਂ ਮੇਨਸ ਐਗਜ਼ਾਮੀਨੇਸ਼ਨ ਦੀ ਸੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਟੋਟਲ ਜਿਹੜੇ ਆ 1500 ਮਾਰਕਸ ਹੁੰਦੇ ਨੇ ਵਿੱਚੋਂ 150 ਨੰਬਰ ਇੰਟਰਵਿਊ ਦਾ ਹੁੰਦਾ 1350 ਨੰਬਰ ਜਿਹੜਾ ਤੁਹਾਨੂੰ ਮੇਨਸ ਦੇ ਵਿੱਚੋਂ ਸਬਜੈਕਟਿਵ ਪੇਪਰਸ ਦੇ ਵਿੱਚੋਂ ਲੈਣਾ ਜਿਹਦੇ ਵਿੱਚ ਪਹਿਲਾ ਜਿਹੜਾ ਪੇਪਰ ਹੁੰਦਾ ਹੈ ਪੰਜਾਬੀ ਦਾ ਹੁੰਦਾ ਹੈ ਕੰਪਲਸਰੀ ਠੀਕ ਹੈ ਸੋ ਇਹਦੇ ਵਿੱਚ ਜਿਹੜੀ ਪੰਜਾਬੀ ਹੈ ਪਲੱਸ ਟੂ ਸਟੈਂਡਰਡ ਤੱਕ ਪੁੱਛੀ ਜਾਂਦੀ ਆ ਠੀਕ ਹੈ ਜਿਹਦੇ ਵਿੱਚ ਜੋ ਤੁਸੀਂ 10th ਦਾ ਐਗਜ਼ਾਮ ਜਾਂ ਪਲੱਸ ਟੂ ਦਾ ਐਗਜ਼ਾਮ ਦਿੰਦੇ ਹੋ ਪੰਜਾਬੀ ਦਾ ਠੀਕ ਹੈ ਵਾਕ ਬਣਾਓ ਪ੍ਰੈਸੀ ਵਗੈਰਾ ਹੁੰਦੀ ਹੈ ਸੰਖੇਪ ਰਚਨਾ ਠੀਕ ਹੈ ਫਿਰ ਐਸੇ ਵਗੈਰਾ ਸਾਰਾ ਕੁਛ ਇਹਦੇ ਵਿੱਚ ਹੁੰਦਾ ਜਿਵੇਂ ਅਸੀਂ 10th ਦਾ ਪਲੱਸ ਟੂ ਦਾ ਦਿੰਦੇ ਹਾਂ ਪੇਪਰ ਪੰਜਾਬੀ ਦਾ ਇਸੇ ਤਰ੍ਹਾਂ ਹੀ ਉਸੇ ਪੈਟਰਨ ਤੇ ਇੰਗਲਿਸ਼ ਕੰਪਲਸਰੀ ਦਾ ਪੇਪਰ ਵੀ ਹੁੰਦਾ ਆ 100 ਨੰਬਰ ਦਾ ਫਿਰ ਉਸ ਤੋਂ ਬਾਅਦ ਜਨਰਲ ਜਿਹੜਾ ਪੇਪਰ ਅੱਗੋਂ ਜਿਹੜੇ ਪੇਪਰ ਆਉਣੇ ਨੇ ਇਹ ਤੁਹਾਡੇ 4 ਆਉਂਦੇ ਨੇ ਪੇਪਰ 1 ਪੇਪਰ 2 ਪੇਪਰ 3 ਤੇ ਪੇਪਰ 4 ਪੇਪਰ 1 ਦੇ ਅੱਗੋਂ 3 ਸੈਕਸ਼ਨ ਹੁੰਦੇ ਨੇ ਹਿਸਟਰੀ ਜਿਹਦੇ ਵਿੱਚ ਇੰਡੀਅਨ ਹਿਸਟਰੀ ਸਾਰੀ ਯਾਨੀ ਕਿ ਏਸ਼ੀਅੰਟ ਇੰਡੀਅਨ ਹਿਸਟਰੀ ਮੈਡੀਵਲ ਇੰਡੀਅਨ ਹਿਸਟਰੀ ਤੇ ਮਾਡਰਨ ਇੰਡੀਅਨ ਹਿਸਟਰੀ ਪਲੱਸ ਵਰਲਡ ਹਿਸਟਰੀ ਫਿਰ ਉਸ ਤੋਂ ਬਾਅਦ ਜੋਗ੍ਰਾਫੀ ਜਿਹਦੇ ਵਿੱਚ ਇੰਡੀਅਨ ਜੋਗ੍ਰਾਫੀ ਵਰਲਡ ਜੋਗ੍ਰਾਫੀ ਜੀਓਮੋਰਫੋਲੋਜੀ ਸਾਰਾ ਕੁਛ ਆਉਂਦਾ ਤੇ ਦੈਨ ਉਸ ਤੋਂ ਬਾਅਦ ਸੋਸਾਇਟੀ ਸੋ ਇਹ ਪੇਪਰ 1 250 ਨੰਬਰ ਦਾ ਹੁੰਦਾ ਫਿਰ ਉਸ ਤੋਂ ਬਾਅਦ ਜਨਰਲ ਸਟੱਡੀਜ਼ ਪੇਪਰ 2 ਦੇ ਵਿੱਚ ਫਿਰ ਅੱਗੋਂ ਜਿਹੜੇ ਆ 3 ਸਬਜੈਕਟ ਹੁੰਦੇ ਨੇ ਇੰਡੀਅਨ ਕੌਨਸਟੀਟਿਊਸ਼ਨ ਐਂਡ ਪੋਲਿਟੀ ਦੂਸਰਾ ਹੁੰਦਾ ਗਵਰਨੈਂਸ ਤੇ ਤੀਸਰਾ ਹੁੰਦਾ ਆ ਇੰਟਰਨੈਸ਼ਨਲ ਰਿਲੇਸ਼ਨ ਰਾਈਟ ਸੋ ਇਹਦੇ ਵਾਸਤੇ ਵੀ ਜਿਹੜੇ ਮਾਰਕਸ ਨੇ ਉਹ 250 ਨੇ ਤੀਸਰਾ ਪੇਪਰ ਜਿਹੜਾ ਹੁੰਦਾ ਆ ਉਹ ਵੀ ਅੱਗੋਂ 3 ਪੇਪਰ ਹੁੰਦੇ ਨੇ ਪਹਿਲਾ ਇਕੋਨਮੀ ਦਾ ਦੂਸਰਾ ਸਟੈਟਿਸਟਿਕਸ ਦਾ ਔਰ ਤੀਸਰਾ ਸਿਕਿਉਰਿਟੀ ਇਸ਼ੂਜ਼ ਦਾ ਇਹ ਵੀ ਜਿਹੜੇ ਮਾਰਕਸ ਇਹਦੇ ਨੇ 250 ਨੇ ਫਿਰ ਉਸ ਤੋਂ ਬਾਅਦ ਪੇਪਰ 4 ਜਿਹੜਾ ਹੁੰਦਾ ਆ ਅਗੇਨ ਇਹਦੇ ਵੀ 3 ਇੱਕੋ ਪਾਰਟਸ ਹੁੰਦੇ ਨੇ ਸਾਇੰਸ ਐਂਡ ਟੈਕਨੋਲੋਜੀ ਹੁੰਦੀ ਹੈ ਇਨਵਾਇਰਮੈਂਟ ਹੁੰਦਾ ਹੈ ਤੇ ਪ੍ਰੋਬਲਮ ਸੋਲਵਿੰਗ ਐਂਡ ਡਿਸੀਜਨ ਮੇਕਿੰਗ ਰਾਈਟ ਸੋ ਇਹ ਵੀ 250 ਦਾ ਫਿਰ ਲਾਸਟ ਤੇ ਤੁਹਾਡੀ ਹੋ ਗਈ ਇੰਟਰਵਿਊ 150 ਨੰਬਰ ਦੀ ਤੇ ਗ੍ਰੈਂਡ ਟੋਟਲ ਹੋ ਗਿਆ 1500 ਦਾ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਗੱਲ ਕਰੀਏ ਸਿਲੇਬਸ ਦੀ ਤੇ ਮੋਟਾ ਮੋਟਾ ਮੈਂ ਤੁਹਾਨੂੰ ਦਿਖਾ ਦੂੰਗੀ ਬਾਕੀ ਤੁਸੀਂ PDF ਖੁਦ ਰੀਡ ਕਰ ਲਿਓ ਟੈਲੀਗ੍ਰਾਮ ਤੋਂ ਡਾਊਨਲੋਡ ਕਰ ਲਿਓ ਐਵਰੀਡੇ ਸਾਇੰਸ ਦੇ ਵਿੱਚ ਜੋ ਅਸੀਂ 6th ਤੋਂ ਲੈ ਕੇ 10th ਤੱਕ ਵਾਰ-ਵਾਰ ਚੀਜ਼ਾਂ ਪੜ੍ਹਦੇ ਹਾਂ ਉਹੀ ਚੀਜ਼ਾਂ ਇਹਦੇ ਵਿੱਚ ਨੇ ਫਿਰ ਇਨਵਾਇਰਮੈਂਟਲ ਸਟੱਡੀਜ਼ ਹੋ ਗਿਆ ਦੈਨ ਉਸ ਤੋਂ ਬਾਅਦ ਪੋਲੀਟੀਕਲ ਥਿਊਰੀ ਐਂਡ ਇੰਟਰਨੈਸ਼ਨਲ ਆਰਡਰ ਇਹ ਪ੍ਰੀਲਿਮਨਰੀ ਐਗਜ਼ਾਮੀਨੇਸ਼ਨ ਦਾ ਜਿਹੜਾ ਸਿਲੇਬਸ ਹੈ ਇੰਡੀਅਨ ਪੋਲਿਟੀ ਬੇਸਿਕ ਫੀਚਰਸ ਪ੍ਰੋਵੀਜ਼ਨ ਸਕੈਡਿਊਲਸ ਆਫ ਇੰਡੀਅਨ ਕੌਨਸਟੀਟਿਊਸ਼ਨ ਕੀ ਅਮੈਂਡਮੈਂਟ ਪੰਚਾਇਤੀ ਰਾਜ ਐਂਡ ਸੋ ਔਨ ਦੈਨ ਹਿਸਟਰੀ ਆਫ ਇੰਡੀਆ ਵਰਲਡ ਹਿਸਟਰੀ ਇੰਡੀਅਨ ਇਕੋਨਮੀ ਜੋਗ੍ਰਾਫੀ ਠੀਕ ਹੈ ਕਰੰਟ ਈਵੈਂਟਸ ਹਾਂਜੀ ਦੂਸਰੀ ਗੱਲ ਸਟੈਟਿਕ GK ਦੇ ਨਾਲ ਨਾਲ ਜਿਹੜਾ ਡਾਇਨਾਮਿਕ ਪੋਰਸ਼ਨ ਹੈ ਯਾਨੀ ਕਿ ਕਰੰਟ ਅਫੇਅਰਸ ਦਾ ਉਹ ਬਹੁਤ ਜ਼ਰੂਰੀ ਹੈ ਉਹਨੂੰ ਆਪਣਾ ਤੁਸੀਂ ਜਿਹੜਾ ਆ ਆਪਣੇ ਆਪ ਨੂੰ ਅਪਡੇਟ ਕਰਦੇ ਰਹਿਣਾ ਹੈ ਫਿਰ ਉਸ ਤੋਂ ਇਲਾਵਾ ਜਿਹੜਾ ਮੇਜਰ ਪਾਰਟ ਹੈਗਾ ਇਹਦੇ ਵਿੱਚ ਪੰਜਾਬ ਦੀ ਜੋਗ੍ਰਾਫੀ ਪੰਜਾਬ ਦੀ ਇਕੋਨਮੀ ਪੰਜਾਬ ਦੀ ਹਿਸਟਰੀ ਪੰਜਾਬ ਦੀ ਸੁਸਾਇਟੀ ਉਹਦੇ ਬਾਰੇ ਵੀ ਜਿਹੜਾ ਆ ਪੁੱਛਿਆ ਜਾਂਦਾ ਹੈ ਸੀ ਸੈਟ ਦੇ ਵਿੱਚ ਤੁਹਾਨੂੰ ਆ ਜਾਂਦਾ ਹੈ ਇਹਦੇ ਵਿੱਚ ਇੰਗਲਿਸ਼ ਤੇ ਪੰਜਾਬੀ ਹੁੰਦੀ ਹੈ ਰੀਡਿੰਗ ਕੰਪਰੀਹੈਂਸ਼ਨ ਵਗੈਰਾ ਐਂਟੋਨਿਮਸ ਸਿਨੋਨਿਮਸ ਗ੍ਰਾਮਰ ਸੈਂਟੈਂਸ ਇੰਪਰੂਵਮੈਂਟ ਉਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਫਿਰ ਇੱਕ ਹੋਰ ਟੋਪਿਕ ਹੁੰਦਾ ਇੰਟਰਪਰਸਨਲ ਸਕਿੱਲਸ ਇੰਕਲੂਡਿੰਗ ਕਮਿਊਨੀਕੇਸ਼ਨ ਸਕਿੱਲਸ ਇਹ ਟੋਪਿਕ ਮੈਂ ਆਲਰੇਡੀ ਆਪਣੇ ਚੈਨਲ 'ਤੇ ਵੀ ਕਰਵਾਇਆ ਹੋਇਆ ਕੰਪਲੀਟ ਫਿਰ ਉਸ ਤੋਂ ਬਾਅਦ ਲੋਜੀਕਲ ਰੀਜ਼ਨਿੰਗ ਐਨਾਲਿਟੀਕਲ ਐਂਡ ਮੈਂਟਲ ਅਬਿਲਿਟੀ ਦੈਨ ਬੇਸਿਕ ਨੂਮੈਰੀਕਲ ਸਕਿੱਲਸ ਨੰਬਰਸ ਮੈਗਨੀਟਿਊਡਸ ਮਤਲਬ ਮੈਥਸ ਦਾ ਪੋਰਸ਼ਨ ਡਾਟਾ ਅਨਾਲਿਸਿਸ ਜਿਹੜਾ ਤੁਸੀਂ ਬਾਰ ਗ੍ਰਾਫਸ ਪਾਈ ਚਾਰਟਸ ਕਰਦੇ ਹੋ ਉਹ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਉਂਦਾ ਤੁਹਾਡਾ ਮੇਨਸ ਦਾ ਜੇ ਇੰਗਲਿਸ਼ ਦੇ ਵਿੱਚ ਉਹੀ ਜਿਵੇਂ ਤੁਹਾਨੂੰ ਦੱਸਿਆ ਸੀ 100 ਨੰਬਰ ਦਾ ਪੇਪਰ ਹੁੰਦਾ ਆ ਜਿਹਦੇ ਵਿੱਚ ਕੰਪਰੀਹੈਂਸ਼ਨ ਪ੍ਰੈਸੀ ਰਾਈਟਿੰਗ ਲੈਟਰ ਰਾਈਟਿੰਗ ਐਸੇ ਰਾਈਟਿੰਗ ਤੇ ਟ੍ਰਾਂਸਲੇਸ਼ਨ ਹੁੰਦੀ ਹੈ ਸੈਕਸ਼ਨ ਬੀ ਦੇ ਵਿੱਚ ਜਿਹੜਾ ਹੈ 50 ਨੰਬਰ ਦੀ ਗ੍ਰਾਮਰ ਆਉਂਦੀ ਹੈ ਦੈਨ ਉਸ ਤੋਂ ਬਾਅਦ ਹੁੰਦਾ ਐਸੇ 150 ਨੰਬਰ ਦਾ ਜ਼ਿਆਦਾਤਰ ਐਸੇ ਜਿਹੜੇ ਆ ਕਰੰਟ ਟੌਪਿਕਸ ਨਾਲ ਰਿਲੇਟਿਡ ਹੀ ਪੁੱਛੇ ਜਾਂਦੇ ਨੇ ਪੰਜਾਬੀ ਦਾ ਵੀ ਅਗੇਨ ਉਸੇ ਤਰ੍ਹਾਂ ਹੀ ਅੰਡਿੱਠਾ ਪੈਰਾ ਸੰਖੇਪ ਰਚਨਾ ਅਰਧੀ ਜਾਂ ਪੱਤਰ ਲੇਖ ਰਚਨਾ ਤੇ ਅਨੁਵਾਦ ਇੰਗਲਿਸ਼ 'ਚ ਤੇ ਪੰਜਾਬੀ 'ਚ ਤੇ 50 ਨੰਬਰ ਦੀ ਵਿਆਕਰਨ ਹੁੰਦੀ ਹੈ ਠੀਕ ਹੈ ਜੀ ਦੈਨ ਉਸ ਤੋਂ ਬਾਅਦ ਬਾਕੀ ਜਿਹੜੇ ਸਬਜੈਕਟਸ ਨੇ ਹਿਸਟਰੀ ਦਾ ਉਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਕਿਸ ਤਰ੍ਹਾਂ ਅੱਗੋ ਸਬ ਪਾਰਟਸ ਹੁੰਦੇ ਨੇ ਠੀਕ ਹੈ ਇਹਨੂੰ ਤੁਸੀਂ ਖੁਦ ਰੀਡ ਕਰੋ ਔਰ ਦੇਖੋ ਕਿ ਕਾਫੀ ਸਿਲੇਬਸ ਉਹ ਮਿਲ ਜਾਏਗਾ ਤੁਹਾਨੂੰ ਜਿਹੜਾ 6th ਤੋਂ ਲੈ ਕੇ 12th ਤੱਕ ਤੁਸੀਂ ਆਲਰੇਡੀ ਪੜ੍ਹਦੇ ਆਏ ਸਪੈਸ਼ਲੀ ਜਿਹੜੇ ਸਟੂਡੈਂਟਸ ਬੈਚਲਰ ਆਫ ਆਰਟਸ ਕਰ ਰਹੇ ਨੇ ਜਾਂ ਪਲੱਸ 1-2 ਦੇ ਵਿੱਚ ਵੀ ਜਿਨ੍ਹਾਂ ਨੇ ਆਰਟਸ ਰੱਖੀ ਆ ਉਹਨਾਂ ਲਈ ਸਿਵਲ ਸਰਵਿਸਿਸ ਦੀ ਪ੍ਰੈਪਰੇਸ਼ਨ ਕਰਨੀ ਜਿਹੜੀ ਆ ਮੁਸ਼ਕਲ ਨਹੀਂ ਆਉਂਦੀ ਉਹਨਾਂ ਨੂੰ ਜ਼ਿਆਦਾਤਰ ਮੈਂ ਕਹਿ ਰਹੀ ਹਾਂ ਠੀਕ ਹੈ ਕਿਉਂਕਿ ਕਾਫੀ ਚੀਜ਼ਾਂ ਅਸੀਂ ਆਪਣੇ ਸਬਜੈਕਟਸ ਦੇ ਵਿੱਚ ਉਹਨਾਂ ਨੇ ਪੜ੍ਹੀਆਂ ਹੁੰਦੀਆਂ ਨੇ ਠੀਕ ਹੈ ਜੀ
ਸੋ ਇਸ ਤੋਂ ਇਲਾਵਾ ਵੀ ਜੇ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਐਰੀ ਹੈ ਰਿਗਾਰਡਿੰਗ ਯੋਰ ਪ੍ਰੈਪਰੇਸ਼ਨ ਜਾਂ ਸਿਲੇਬਸ ਜਾਂ ਕੋਈ ਵੀ ਡਾਊਟ ਹੈ ਤਾਂ ਤੁਸੀਂ ਦਿੱਤੇ ਗਏ ਨੰਬਰ ਦੇ ਉੱਤੇ ਜਿਹੜਾ ਆ ਉਹ ਵਟਸਐਪ ਕਰਕੇ ਪੁੱਛ ਸਕਦੇ ਹੋ ਸੋ ਦੈਟ ਵਾਸ ਆਲ ਦੀ ਬੈਸਟ ਫਰੋਮ ਮਾਈ ਸਾਈਡ ਥੈਂਕ ਯੂ।